ਲਓ ਵੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਵੱਖੋ ਵੱਖਰੇ ਟੂਰਨਾਮੈਂਟਾਂ ਦੀਆਂ ਲੜੀਆਂ ਜਿਹੜੀਆਂ ਉਹ ਜਾਰੀ ਹੋ ਚੁੱਕੀਆਂ ਨੇ ਕਰੋਨਾ ਦੇ ਦੌਰ ਤੋਂ ਬਾਅਦ ਹੁਣ ਲਗਾਤਾਰ ਜਿਹੜੇ ਮੈਚ ਐ ਉਹ ਸ਼ੁਰੂ ਹੋ ਗਏ ਨੇ ਤੇ ਮੈਚਾਂ ਇੰਨੇ ਮੈਚਾਂ ਦੀ ਲੜੀ ਦੇ ਵਿੱਚ ਇੱਕ ਅੱਜ ਜਿਸ ਟੂਰਨਾਮੈਂਟ ਦੀ ਮੈਂ ਗੱਲ ਕਰ ਰਿਹਾ ਉਹ ਹੈਗਾ ਜੀ ਕਾਲੇ ਸੰਗਿਆ ਦਾ ਟੂਰਨਾਮੈਂਟ ਜਿਹੜਾ ਕਿ ਆਲਮਗੀਰ ਪੰਚਾਇਤ ਵੱਲੋਂ ਦੁਆਰਾ ਜਿਹੜਾ ਕਰਵਾਇਆ ਜਾਣਾ ਇਸ ਟੂਰਨਾਮੈਂਟ ਦੀ ਖਾਸੀਅਤ ਤੁਹਾਨੂੰ ਪਹਿਲਾਂ ਹੀ ਦੇਖੀ ਹੋਣੀ ਐ ਕਿ ਇੱਥੇ ਫੋਰ ਟਰੈਕਟਰ ਐ ਜਿਹੜੇ ਬੈਸਟ ਰੇਡਰ ਤੇ ਜਾਫੀ ਨੂੰ ਦਿੱਤੇ ਜਾਂਦੇ ਨੇ ਹੁਣ ਇਹ ਇਨਫੋਰਮੇਸ਼ਨ ਕਿ ਫੋਰਡ ਟ੍ਰੈਕਟਰ ਦਾ ਚਲੋ ਆਪਾਂ ਨੂੰ ਖੜੇ ਦੇਖ ਗਏ ਇਹ ਤਾਂ ਬੇਸਿਕ ਚੀਜ਼ ਹੈ ਜਿਹੜੀ ਤੁਹਾਨੂੰ ਵੀ ਪਤਾ ਲੱਗੀ ਹੋਣੀ ਹੈ ਪਰ ਬਾਕੀ ਟੂਰਨਾਮੈਂਟ ਦੀ ਜਾਣਕਾਰੀ ਵਾਸਤੇ ਆਪਾਂ ਨੂੰ ਇਹ ਆਰਗੇਨਾਈਜ਼ਿੰਗ ਕਮੇਟੀ ਕਹ ਲਈਏ ਜਾਂ ਟੂਰਨਾਮੈਂਟ ਨੂੰ ਕਰਾਉਣ ਵਾਲਿਆ ਪੂਰੇ ਕਾਲੇ ਸੰਘਿਆਂ ਦੇ ਉਹ ਸਾਰੇ ਇਹ ਪਤਵੰਤੇ ਨੇ ਜਿਨ੍ਹਾਂ ਨੇ ਇਹ ਟੂਰਨਾਮੈਂਟ ਕਰਾਉਣਾ ਹੈਗਾ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹ ਟੂਰਨਾਮੈਂਟ ਦੀਆਂ ਡੇਟਸ ਕੀ ਹੋਣਗੀਆਂ ਕਿਸ ਤਰ੍ਹਾਂ ਦਾ ਟੂਰਨਾਮੈਂਟ ਹੋ ਕਿਹੋ ਜੀਆਂ ਟੀਮਾਂ ਆਉਣਗੀਆਂ ਉਸ ਚੀਜ਼ ਵਾਸਤੇ ਆਪਾਂ ਗੱਲ ਕਰਦੇ ਆਂ ਭਾਜੀ ਟਰੈਕਟਰ ਲਿਆ ਕੇ ਖੜਾ ਹਟੇ ਹੈਗੀ ਹੈ ਡੇਟ ਕੀ ਰੱਖੀ ਹੈ ਟੂਰਨਾਮੈਂਟ ਦੀ ਡੇਟ ਆਪਣੀ ਫਰਵਰੀ 15 17 ਜਿਹੜੀ ਆਲਮਗੀਰ ਆਪਣੇ ਕਾਲੇ ਸੰਗਿਆ ਫਰਦੀ ਆਪਣੇ ਪੰਚਾਇਤ ਦੇ ਅੰਦਰ ਹੋ ਰਿਹਾ ਇਹ ਅੰਕਲ ਮੋਰ ਦੇ ਨਾਂ ਤੇ ਹੋ ਰਿਹਾ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਆ ਨਾ ਕੋਈ ਪੂਰੀ ਕਰ ਸਕਦਾ ਨਾ ਕੋਈ ਕਰੂਗਾ ਨਾ ਹੀ ਕੋਈ ਕਰ ਸਕਦਾ ਗਾਉਣ ਵਾਲੇ ਜਿੰਨੇ ਵੀ ਪ੍ਰੋਮੋਟਰ ਆ ਉਹਨਾਂ ਨੇ ਆਪਣੇ 50 ਸਾਲ ਕਬੱਡੀ ਲਈ ਲਾਏ ਆ ਉਹਨਾਂ ਪਤੀਜਾ ਜੀਤਾ ਮੌੜ ਖੜਾ ਆ ਸਾਰੀ ਕ੍ਰੀਮ ਕਾਲੇ ਸੰਘਾਂ ਦੀ ਪਲੇਅਰ ਸਾਰੇ ਖੜੇ ਆ ਕਿਉਂਕਿ ਮੋਰਤੋਂ ਹੀ ਬਹੁਤ ਵਧੀਆ ਕਬੱਡੀ ਟੀਮ ਇੱਥੇ ਰਹੀ ਆ ਬੜੇ ਤਗੜੇ ਤਗੜੇ ਮਾਲ ਇੱਥੋਂ ਹੋਏ ਆ ਤੇ ਇਹ ਸਾਡੇ ਪੱਪੂ ਪੰਛੀ ਸਾਡੇ ਪ੍ਰਧਾਨ ਜਿਹੜਾ ਮੇਰਾ ਵੀਰ ਮਹਿਰਕਾ ਇਹ ਉਹਨਾਂ ਦੀ ਪ੍ਰਧਾਨਗੀ ਥੱਲੇ ਟੂਰਨਾਮੈਂਟ ਹੋ ਰਿਹਾ ਕੀਕਾ ਕਾਲੇ ਸੰਘਾਂ ਭੱਦ ਕਾਲੇ ਸੰਘਾਂ ਆਪਣੇ ਬਲਕਾਰ ਸੇ ਦੁਆਲ ਮੌੜ ਹੋਣਾ ਦੇ ਜਵਾਈ ਨੇ ਉਹਨਾਂ ਦੇ ਸਾਰਿਆਂ ਦੇ ਅੰਡਰੇ ਟੂਰਨਾਮੈਂਟ ਹੋ ਰਿਹਾ ਪੰਚਾਇਤ ਦੇ ਅੰਡਰ ਹੋ ਰਿਹਾ ਇਹ ਜਿਹੜੇ ਟ੍ਰੈਕਟਰ ਸਾਡੇ ਭਰਾ ਪਪੂ ਪੰਚੀਵਾਲ ਨੂੰ ਦਿੱਤੇ ਜਾਣੇ ਆ ਫਾਸਟ ਰੇਟ ਤੇ ਜਾਫੀ ਨੂੰ ਤੇ ਬੜਾ ਤਗੜਾ ਟੂਰਨਾਮੈਂਟ ਆਪਣੇ ਸੁਰਜੇ ਅੰਕਲ ਦੀ ਫਾਊਂਡੇਸ਼ਨ ਦੇ ਅੰਡਰ ਹੋ ਰਿਹਾ ਤੇ ਬਹੁਤ ਵਧੀਆ ਟੂਰਨਾਮੈਂਟ ਹੋ ਜਿੱਦਾਂ ਅੱਗੇ ਹੁੰਦਾ ਤੇ ਤੁਸੀਂ ਆਏ ਹੋ 365 ਵਾਲੇ ਮੇਰੇ ਵੀਰੋਂ ਛੋਟੇ ਧੰਨਵਾਦ ਤੁਹਾਡਾ ਥੋੜੇ ਜਿਲੇ ਲੇਟ ਆਂ ਦਰੁਖਤਾ ਆਂ ਭਾਜੀ ਮੈਂ ਮੈਂ ਟਾਈਮ ਤੇ ਆਇਆ ਜੇ ਤੁਸੀਂ ਮੈਨੂੰ ਬੁਲਾਇਆ ਮੈਂ ਉਸੇ ਟਾਈਮ ਤੇ ਆ ਇਸ ਕਰਕੇ ਚਲੋ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਬਹੁਤ ਬਹੁਤ ਧੰਨਵਾਦ ਤੇ ਅੱਜ ਮੈਨੂੰ ਵੀ ਮੌਕਾ ਮਿਲਿਆ ਮੇਰਾ ਸੋਤਾ ਜੀਤਾ ਵੀਰ ਅਸੀਂ ਸਾਰੇ ਖੜੇ ਅਕਲਦੀਪ ਮੇਰੇ ਸਾਰੇ ਜਣੇ ਆ ਮੇਰਾ ਬਾਪੂ ਨਾਲ ਆਇਆ ਇੰਗਲੈਂਡ ਤੋਂ ਇਕੱਠੇ ਆਏ ਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਵੀ ਕਾਲੇ ਚੰਗਾ ਦੀ ਵੀ ਜਿਹੜੀ ਕਰੀਮ ਆ ਇੱਥੇ ਅੱਜ ਵੀ ਜਿਹੜੇ ਬਾਬੇ ਕਾਂ ਦਾਸ ਦੇ ਨਾਂ ਤੇ ਇਹ ਨਗਰ ਵਸਿਆ ਮੁਰ ਤੋਂ ਗੁਰੂ ਨਾਨਕ ਦੇ ਨਾਂ ਤੇ ਵਸਿਆ ਪਰ ਅੱਜ ਵੀ ਇੱਥੇ ਬਹੁਤ ਵਧੀਆ ਪਲੇਅ ਪੈਦਾ ਹੋ ਰਹੇ ਨੇ ਇਸ ਧਰਤੀ ਨੂੰ ਮਾਣ ਇਹ ਮਾਣ ਹੋਣਾ ਵੀ ਚਾਹੀਦਾ ਤੇ ਧੰਨਵਾਦ ਤੁਹਾਡਾ ਫੇਰ ਮੈਂ ਦੁਆਰੇ ਇਹ ਕਹਿੰਨਾ ਜੀਤੇ ਮੌੜਨਾ ਮਾੜੀ ਮੁੱਟੀ ਜਿਹੜੀ ਵੀ ਇਹਨਾਂ ਨੇ ਆਪਣੇ ਅੰਕਲ ਜੀ ਦੀ ਦੇਣ ਆ ਜੀਤੇ ਨੂੰ ਸੱਦਣ ਵਾਲਾ ਅੰਕਲ ਮੌੜ ਨੇ ਉੱਥੇ ਸਾਡੇ ਲਈ ਬਹੁਤ ਕੁਝ ਕੀਤਾ ਸਾਡੀ ਕਬੱਡੀ ਵਾਸਤੇ ਬਹੁਤ ਕੁਝ ਕੀਤਾ ਜਿੱਦਾਂ ਸੁਰਜੇ ਚੱਠੇ ਨੇ ਕਬੱਡੀ ਲਈ ਬਹੁਤ ਕੁਝ ਕੀਤਾ ਤੇ ਇਸ ਕਰਕੇ ਉਹਨਾਂ ਨੇ ਬਹੁਤ ਵਧੀਆ ਕੀਤਾ ਮਿੰਦਰ ਸਿੰਘ ਮੌੜ ਅੰਕਲ ਮੌੜ ਬਿਲਕੁਲ ਅੱਛਾ ਭਾਜੀ ਇਹਦੇ 'ਚ ਜਿਵੇਂ ਮਤਲਬ ਸਹਿਯੋਗ ਇਹ ਤਾਂ ਹੋ ਗਿਆ ਕੁਝ ਉਹ ਬੰਦੇ ਜਿਨ੍ਹਾਂ ਦਾ ਆਪ ਨੂੰ ਫਾਈਨੈਂਸ਼ੀਅਲ ਸਹਿਯੋਗ ਹੈ ਬਾਕੀ ਫਿਰ ਸਾਰਾ ਪਿੰਡ ਜਿਹੜਾ ਹੈਗਾ ਭਾਜੀ ਉਹ ਰਲਕੇ ਸਟੂਰਨਾਮੈਂਟ ਦੇ ਵਿੱਚ ਮਤਲਬ ਹਿੱਸਾ ਲਊਗਾ ਹਾਂ ਬਿਲਕੁਲ ਸਾਡੇ ਇੱਥੇ ਸਰਪੰਚ ਸਾਹਿਬ ਆ ਬਾਕੀ ਇਹ ਮੁੰਡੇ ਹੈਪੀ ਆ ਸਪੋਰਟਸਮੈਨ ਆ ਸਾਰੇ ਹਾਂ ਤੁਸੀਂ ਆ ਛੋਟਾ ਛੋਡੇਬੀਰ ਮਾਰਿਆ ਤਾਜਾ ਤਾਜਾ ਵੀ ਆ ਬਾਕੀ ਜੰਗ ਮੁੰਡੇ ਆ ਪੁਰਾਣੇ ਜਿਹੜੇ ਸਾਡੇ ਬਹੁਤ ਕੰਮ ਕਰਦੇ ਆ ਹੁਣ ਮੈਨੂੰ ਛੋਟਾ ਜਿਹਾ ਨਾਮ ਪਤਾ ਤੋਤਾ ਮੁੰਡੇ ਦਾ ਬਾਕੀ ਸਾਰੇ ਵਧੀਆ ਸਾਰੇ ਮਿਹਨਤ ਕਰਦੇ ਆ ਬਿਲਕੁਲ ਹੁਣ ਇਹਨਾਂ ਨੇ ਇਸ ਪਿੰਡ ਲਈ ਚਾਚੇ ਨਾਲ ਬੜਾ ਪਿਆਰ ਸੀ ਚਾਚਾ ਇਹਨਾਂ ਚ ਵਹਿੰਦਾ ਉੱਠਦਾ ਸੀ ਉਹਨੂੰ ਪਿਆਰ ਕਰਨ ਵਾਲੇ ਆ ਤੇ ਹੁਣ ਇਹ ਪਿੰਡ ਵੀ ਸਾਰਾ ਯੰਗ ਮੁੰਡੇ ਜਿੰਨੇ ਸਾਰੇ ਮਿਹਨਤ ਕਰ ਇਹ ਵੀ ਚਾਹੁੰਦੇ ਆ ਕਿ ਉਸ ਇਨਸਾਨ ਨੇ ਇਸ ਕਬੱਡੀ ਲਈ ਕੁਝ ਕੀਤਾ ਸਾਨੂੰ ਕੱਢਿਆ ਅਸੀਂ ਤੱਕੜੇ ਹੋਏ ਸਾਨੂੰ ਦੇ ਕੇ ਤੱਕੜੇ ਹੋਏ ਇਸ ਕਰਕੇ ਇਹਨਾਂ ਦੇ ਵੀ ਮਨ ਚ ਆ ਕਿ ਅਸੀਂ ਵੀ ਉਸ ਏਡੀ ਰੂਹ ਨੂੰ ਕੁਝ ਨਾ ਕੁਝ ਮਹਿੰਦਰ ਮੋੜ ਨੂੰ ਕੁਝ ਨਾ ਕੁਝ ਕਰੀਏ ਉਹਦੇ ਲਈ ਉਹਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਾਈਏ ਬਾਕੀ ਪੱਪੂ ਬਾਂਸੀ ਉਸ ਭਰਾ ਨੂੰ ਵੀ ਸੱਦੇ ਆ ਚਾਚੇ ਮੋੜ ਨੇ ਤੇ ਯੂਨੀਅਨ ਫਰਾਂਸ ਲਈ ਵੀ ਕੱਡੋਗੜ 25-30 ਲੱਖ ਰੁਪਏ ਤੋਂ ਉਧਾ ਕੋਲੋਂ ਹੋਰ ਲਾਰ ਟਰੈਕਟਰਾਂ ਤੋਂ ਲਾਵਾ ਵੀ ਲਾ ਰਿਆ ਤੇ ਉਸ ਪਿੰਡ ਲਈ ਕਬੱਡੀ ਵੀ ਖੇਡਿਆ ਨਾਲ ਹੀ ਉਹਦਾ ਪਿੰਡ ਮਗਵਾਲੀਪੁਰ ਇਸ ਪਿੰਡ ਲਈ ਕਬੱਡੀ ਵੀ ਖੇਡਿਆ ਉਹ ਉਸ ਭਰਾ ਦੀ ਜਿਹੜੀ ਦੇਖਣਾ ਉਹਦਾ ਵੀ ਬਹੁਤ ਅਸੀਂ ਸਾਰੇ ਪਿੰਡ ਵੱਲੋਂ ਸਾਡਾ ਧੰਨਵਾਦ ਕਰਦੇ ਆ ਅਸੀਂ ਤੇ ਬਾਕੀ ਜਿੱਦਾਂ ਜੀਤੇ ਵੀਰ ਨੇ ਕਿਹਾ ਹੁਣ ਕਾਲੂ ਵੀਰ ਵੀ ਸਾਡਾ ਛੋਟਾ ਆ ਗਿਆ ਤਾਂ ਜੇ ਹੁਣੀ ਸਾਰੇ ਸਟਾਰ ਨੇ ਕਰੀਮ ਮੈਂ ਪਹਿਲਾਂ ਦੱਸਾਂ ਕਰੀਮ ਆ ਜਿੱਦਾਂ ਜੀਤੇ ਵੀਰ ਨੇ ਕਿਹਾ ਮੋਰਠਾਵੇ ਸਾਰੇ ਕਾਲੇ ਸੰਗਿਆ ਦਾ ਟੂਰਨਾਮੈਂਟ ਨਹੀਂ ਇਹ ਸਾਰੇ ਵਾਰਲਡ ਦਾ ਟੂਰਨਾਮੈਂਟ ਹੈ ਸਾਰੇ ਵਾਰਲਡ ਜੀ ਮਹਿੰਦਰ ਸਿੰਘ ਮੌਣ ਨੂੰ ਪਿਆਰ ਕਰਨ ਵਾਲੇ ਇੱਥੇ ਪਹੁੰਚਣਗੇ ਬਹੁਤ ਦੁਨੀਆਂ ਪਹੁੰਚੂਗੀ ਤੁਸੀਂ ਅੱਗੇ ਵੀ ਮੇਲਾ ਵੇਖਿਆ ਬਹੁਤ ਤਕੜਾ ਮੇਲਾ ਹੋਇਆ ਤੇ ਇਹ ਜਿਹੜਾ ਮੇਲਾ ਵਾ ਇੱਕ ਹੋਰ ਬਹੁਤ ਹੀ ਬਹੁਤ ਸਫਲਤਾ ਇਹ ਜਿਹੜੀ ਪਿੰਡ ਦੀ ਸੰਗਤ ਨਹੀਂ ਸਾਰੇ ਵਾਰਡ ਦੀ ਸੰਗਤ ਨੇ ਇੱਥੇ ਮੇਲਾ ਕਰਾਉਣਾ ਇਹ ਤੇ ਕੋਈ ਪੋਲਿਟਿਸ਼ੀਨ ਨਹੀਂ ਆਈ ਸੱਦੀ ਦਾ ਜਿਹੜੇ ਲੋਕਲ ਪੀਪਲ ਆ ਉਹ ਸਾਰੇ ਹੁੰਦੇ ਆ ਸਾਰੇ ਵਾਰਡ ਦੇ ਲੋਕ ਹੀ ਆਉਂਦੇ ਆ ਤੇ ਇਸ ਕਰਕੇ ਇਹ ਬਹੁਤ ਤਕੜਾ ਮੇਲਾ ਹੋ ਰਿਹਾ ਤੇ ਫਿਰ ਮੈਂ 365 ਤੁਹਾਡੇ ਵਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਚੱਲ ਕੇ ਆਏ ਹੋ ਬੜੀ ਦੂਰੋਂ ਚੱਲ ਕੇ ਆਏ ਹੋ ਤੁਸੀਂ ਸਦਾ ਸਹਿਯੋਗ ਕਰਦੇ ਹੋ ਤੁਸੀਂ ਕਬੱਡੀ ਨੂੰ ਪ੍ਰਮੋਟ ਕਰ ਰਹੇ ਹੋ ਤੁਹਾਡਾ ਬਹੁਤ ਦੇਣਾ ਜਿੱਦਾਂ ਅੰਕਲ ਮੋਹਰ ਮਿੰਦਰ ਸਿੰਘ ਮੌਹਰਦੀ ਦੇਣਾ ਤੁਹਾਡੀ ਬਹੁਤ ਦੇਣਾ ਮੈਂ ਜੇ ਪਲੇਅਰ ਕਿਹਨੇ ਬੋਲਣਾ ਹੋਵੇ ਤਾਂ ਜੇ ਉਹਨਾਂ ਨੇ ਕਾਲੂ ਉਹਨਾਂ ਨੇ ਬੋ ਭਾਜੀ ਕੁਝ ਜਾਣਕਾਰੀ ਮੈਨੂੰ ਇਹੋ ਜੀ ਵੀ ਚਾਹੀਦੀ ਆ ਜਿਦੇ ਵਿੱਚ ਮੈਨੂੰ ਹੁਣ ਆਪਾਂ ਇਹ 15 16 ਤੇ 17 ਤਰੀਕ ਦਾ ਇਹ ਟੂਰਨਾਮੈਂਟ ਰੱਖਿਆ ਹੈ ਨਾ ਪਹਿਲੇ ਦੋ ਦਿਨ ਕੀ ਕੀ ਹੋਊਗਾ ਮਤਲਬ ਉਸ ਦਿਨ ਕੋਈ ਕੀ ਇਵੈਂਟ ਹੋਣਗੇ ਕਿਹੜੇ ਕਿ ਪਿੰਡਵਾਰ ਕਬੱਡੀ ਜਾਂ ਕਿਸ ਤਰ੍ਹਾਂ ਦਾ ਹੋਊਗਾ ਉਹ ਜਿਹੜੇ ਪਹਿਲੇ ਜਿਹੜੇ ਹੈਗੇ ਆ ਜੀ ਪਹਿਲੇ ਦੋ ਦਿਨ ਭਾਜੀ ਇਹਨਾਂ ਬੇਟ ਦੀਆਂ ਟੀਮਾਂ ਜਿਹੜੀਆਂ ਸਾਡੇ ਹੁਣ ਇਹ ਕੋਚ ਆ ਮੁੰਡੇ ਦੋਏ ਡਿਸਾਈਡ ਕਰਨਗੇ ਵੀ ਕਿਹੜੀਆਂ ਕਿਹੜੀਆਂ ਟੀਮਾਂ ਰੱਖੀਆਂ ਜਾਣੀਆਂ ਇੱਥੇ ਛੋਟੀ ਪਨੀਰੀ ਤੋਂ ਕੰਮ ਸ਼ੁਰੂ ਹੋਣਾ ਜੀ ਛੋਟੀ ਪਨੀਰੀ 35 ਕਿਲੋ ਤੋਂ ਲੈ ਕੇ 45 ਕਿਲੋ 55 ਕਿਲੋ ਜੋ ਵੀ ਟੀਮਾਂ ਛੋਟੇ ਲੈਵਲ ਤੋਂ ਸਾਨੂੰ ਸਪੈਸ਼ਲ ਬਾਹਰੋਂ ਇਹ ਹੀ ਕਿਹਾ ਗਿਆ ਜੀ ਵੀ ਜਿਹੜਾ ਜ਼ਿਆਦਾ ਜ਼ੋਰ ਤੁਸੀਂ ਪਨੀਰੀ ਤੇ ਰੱਖਣਾ ਭਾਜੀ ਪਤਾ ਕੀ ਹੋਇਆ ਪਿਆ ਹੁਣ ਪੰਜਾਬ ਚ ਬਹੁਤ ਸਾਰੇ ਟੂਰਨਾਮੈਂਟ ਹੋ ਰਿਹਾ ਹੈ ਨਾ ਉਹਨਾਂ ਚ ਜਿਹੜੀ ਛੋਟੇ 35 45 ਜਿਹੜੇ ਇਹ ਹੁੰਦੇ ਸੀ ਉਹਨਾਂ ਨੂੰ ਲਗਭਗ ਉਹ ਬੰਦ ਹੋਣ ਵਾਲੀ ਕਗਾਰਤੀ ਨੇ ਛੋਟੇ ਬਜੰਨੀ ਜਿਹੜੀ ਕਬੱਡੀ ਹੈਗੀ ਆ ਤੁਸੀਂ ਇਹ ਕਿਉਂ ਸੋਚਿਆ ਵੀ ਇਹ ਕਰਨਾ ਚਾਹੀਦਾ ਜਾਂ ਇਹ ਇਹ ਛੋਟੇ ਵੀਰ ਬਹੁਤ ਵਧੀਆ ਪ੍ਰਾਲਾ ਇਹ ਕਾਲੇ ਸੰਗਿਆ ਸਾਰੇ ਪਲੇਅਰਾਂ ਦਾ ਕਿਉਂਕਿ ਜੇ ਹੁਣ ਮੈਂ ਆਪਣੇ ਕੋਲ ਮੇਰਾ ਸੱਚ ਬੋਲਣ ਨੂੰ ਬੜਾ ਜੀਕਤਾ ਹਮੇ ਚਾਹੀ ਮੈਂ ਝੂਠ ਨਹੀਂ ਬੋਲਿਆ ਸਾਡੇ 40 50 ਪਲੇਅਰ 100 ਮਿਲੀਅਨ ਦੀ ਗੇਮ ਜਿਹੜੀ ਆ ਉਹ ਪਲੇਅਰ ਉਹਨੇ ਕੀ ਪੈਸੇ ਲਈ ਜਿੰਦੇ ਉਹ ਸਾਰਾ ਖਰੀ ਜਾਂਦੇ ਆ ਇਹ ਅਸੀਂ ਐਸੇ ਕਰਕੇ ਸੋਚ ਰਹੇ ਆ 35 40 ਜਿੱਦਾਂ ਪਹਿਲਾ ਪਲੇਅਰ ਹੁੰਦਾ ਹੀ ਇਦਾਂ ਪਲੇਅਰ ਉੱਠਣ ਗਰੀਬ ਘਰ ਤੋਂ ਪਲੇਅਰ ਉੱਠਣ ਉਹਨਾਂ ਨੂੰ ਅਸੀਂ ਲੈ ਕੇ ਇੰਗਲੈਂਡ ਅਮਰੀਕਾ ਕੈਨੇਡਾ ਚਾਹੀਏ ਅਸੀਂ ਇਹੇ ਸੋਚ ਰਹੇ ਆ ਤੇਮਿੰਦਰ ਸਿੰਘ ਮੋਰਦੀ ਸੋਚ ਵੀ ਇਹੇ ਸੀ ਉਹ ਜਦੋਂ ਪਲੇ ਤਲਗਾ ਜਿੰਨੇ ਪਲੇਅਰ ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਨ੍ਹਾਂ ਨੂੰ ਘਰ ਰੋਟੀ ਮਹੀਂ ਮਿਲਦੀ ਉਹੋ ਜਿਹੇ ਪਲੇਅਰ ਲਗਿਆ ਮਹਿੰਦਰ ਸਿੰਘ ਮੋੜ ਤੇ ਸਾਡੀ ਵੀ ਇਹ ਤਮੰਨਾ ਵਾ ਪਰ ਇਸ ਕਮੇਟੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਸੋਚਿਆ ਵੀ ਸਾਰਿਆਂ ਨੇ 35 45 55 ਕਿਲੋ 65 ਕਿਲੋ ਟੀਮਾਂ ਖੇਡਣ ਨਾਲ ਹੀ ਮੈਂ ਕਿਸਾਨ ਮੋਰਚੇ ਦੀਆਂ ਸਾਰੇ ਹੀ ਵਲਡ ਵਿੱਚ ਵਾਸਤੇ ਪੰਜਾਬੀਆਂ ਨੂੰ ਬਤਾਈ ਦਿਨਾ ਵੀ ਸਾਡਾ ਮੋਰਚਾ ਜਿਹੜਾ ਜਿੱਤਿਆ ਇਹਨਾਂ ਦਾ ਬਹੁਤ ਧੰਨਵਾਦ ਤੇ ਨਾਲ ਹੀ ਜਿੱਦਾਂ ਹੁਣ ਛੋਟੇ ਵੀਰ ਨੇ ਕਿਹਾ 35 45 ਕਿਲੋ ਦੇ ਨਾਲ ਸਾਡਾ ਜਿਹੜਾ ਆਉਣ ਵਾਲਾ ਪਵੇਖਾ ਉਹ ਜੁੜਿਆ ਪਿਆ ਵਾ ਹਾਂ ਤੇ ਅਸੀਂ ਡਰਗ ਤੇ ਵੀ ਪੂਰਾ ਪੈਰਾ ਦੇ ਰਹੇ ਆ ਅਸੀਂ ਜ਼ੀਰੋ ਟੋਲਰੈਂਸ ਤੇ ਜਿਹੜੀ ਡਰਗ ਆ ਟੈਸਟ ਕਰਨੀਆਂ 월ਡ ਚ ਜਿੱਥੇ ਵੀ ਕੋਈ ਪਲੇਅਰ ਜਾਊ ਉਹ ਪੂਰਾ ਟੈਸਟ ਕਰਕੇ ਜਾਣਗੇ ਡਰਗ ਵਾਲਾ ਪਲੇਅਰ ਕੋਈ ਨਹੀਂ ਖੇਡੂਗਾ ਇਸ ਗ੍ਰਾਊਂਡ 'ਚ ਵੀ ਕੋਈ ਡਰਗ ਵਾਲਾ ਟੈਸਟ ਹੋਣਗੇ ਇੱਥੇ ਪ੍ਰੋਪਰ ਸੁਰਜਨ ਸਿੰਘ ਸੱਠੇ ਦੀਆਂ ਜਿਹੜੀਆਂ ਟੀਮਾਂ ਖੇਡਣੀਆਂ ਨਾ ਮਿੰਦਰ ਸਿੰਘ ਮੋਹਰ ਨੇ ਅੱਜ ਤੋਂ 2007 'ਚ ਡਰਗ ਟੈਸਟ ਕਰਾਈ ਤਨ ਚੇਤਾਣਾ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਉਹ ਮਿੰਟ ਸਿੰਘ ਮੋਰ ਦੀ ਪ੍ਰਧਾਨਗੀ ਥੱਲੇ ਹੋ ਜੀ 98 ਪਲੇਅਰ ਚੋਂ 89 ਪਲੇਅਰ ਡਰੱਗ ਚਾਹੀ ਹੀ ਦੋ ਦੋ ਸਾਲ ਲਈ ਬੈਨ ਕੀਤੇ ਜੇ ਕਿਤੇ ਉਹਦਾ ਸਹਿਯੋਗ ਦਿੰਦਿਆਂ ਸਾਰਿਆਂ ਫਟੇ ਜਾ ਉਹਦੋਂ ਇਸ ਤਰ੍ਹਾਂ ਪੈਰਾ ਦਿੰਦਿਆਂ ਤਾਂ ਜਾ ਡਰੱਗ ਨਹੀਂ ਕਬੱਡੀ ਚ ਹੋਣੀ ਸਾਨੂੰ ਬਹੁਤ ਸ਼ਰਮ ਆ ਰਹੀ ਆ ਵੀ ਅਸੀਂ ਡਰੱਗ ਨੂੰ ਪੈਸੇ ਦੇ ਰਾਂ ਰੋਜ਼ ਇੱਕ ਪਲੇਅਰ ਮਾਰਦਾ ਪਰ ਤਗੜੇ ਪਲੇਅਰ ਕਿੰਨੇ ਮਰ ਗਏ ਜਿਹੜੇ ਘਰਾਂ ਚ ਨਿੱਕੇ ਪਲੇਅਰ ਹਜੇ ਵੀ ਨਹੀਂ ਪਤਾ ਕਿੰਨੇ ਮਰ ਤੁਰੇ ਜਾਂਦੇ ਆ ਪਰ ਜਿਹੜੇ ਅਸੀਂ ਕਿਤੇ ਸਿਰਦਰਦੇ ਦੀ ਗੋਲੀ ਨਹੀਂ ਖਾਦੀ ਤੇ ਅਸੀਂ ਹਜੇ ਵੀ ਪਹਿਰਾ ਜਿਹੜਾ ਵਾ ਬਿੰਦਰ ਸਿੰਘ ਮੋਰ ਦੀ ਸੋਚ ਤੇ ਦੇਣਾ ਅਸੀਂ ਡਰਗ ਫਰੀ ਕਬੱਡੀ ਕਰਨੀ ਆ ਇਹ ਪਲੇਅਰ ਮੈਨਾਂ ਸਹਿਮਤ ਹੋਣਗੇ ਹੁਣ 1.5 ਸਾਲ ਕਬੱਡੀ ਨਹੀਂ ਹੋਈ ਤੇ ਜੇ ਅੱਜ ਵੀ ਪਲੇਅਰ ਕਰਨੇ ਸਾਨੂੰ ਹੋਰ 2 ਮਹੀਨੇ ਦਾ 4 ਮਹੀਨੇ ਦੇਣਾ ਉਹ ਫਿਰ ਉਹਨਾਂ ਛੱਡਣੀ ਨਹੀਂ ਨੀ ਕਿ ਜਿਹੜੇ ਹੁਣ ਤਾਜੇ ਹੁਣ ਖੇਡਦੇ ਆ ਇਹਨਾਂ ਨੇ ਮੇਰੇ ਮਨ ਤਾਂ ਇਹ ਵੀ ਨਹੀਂ ਗੋਲੀ ਖਾਂਦੇ ਤੇ ਵਧੀਆ ਪਲੇਅਰ ਆ ਵਨ ਪਲੇਅਰ ਆ ਸਾਰੇ ਤੇ ਇਹ ਤਾਂ ਸੰਜੋਗ ਕਰਨਾ ਚਾਹਦਾ ਮੈਂ ਅਪੀਲ ਕਰਦਾ ਸਾਰੇ ਪਲੇਅਰਾਂ ਨੂੰ ਉਹ ਸਗੋਂ ਆਪ ਕਹਿਣਾ ਵੀ ਅਸੀਂ ਡਰਗ ਟੈਸਟ ਕਰਾਉਣੀ ਆਪ ਕਰੋ ਕਿੱਥੇ ਕਰਾਉਣੀ ਆ ਇਹ ਮਜ਼ਾ ਸਾਨੂੰ ਵੀ ਮਜ਼ਾ ਉਹ ਪ੍ਰੋਮੋਟਰਾਂ ਨੂੰ ਵਧੀਆ ਵਧੀਆ ਧੰਨਵਾਦ ਬਿਲਕੁਲ ਅੱਛਾ ਤਾਜੇ ਨਾਲ ਗੱਲ ਕਰਦੇ ਹਾਂ ਤਾਜੇ ਮੈਂ ਤੁਸੀਂ ਪਿੰਡ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਾਉਣ ਜਾ ਰਹੇ ਹੋ ਹਨ ਇਹਦੇ ਚ ਜਿਹੜੀ ਉਹ ਛੋਟੀ ਪਨੀਰੀ ਦੀ ਆਪਾਂ ਗੱਲ ਕਰ ਰਹੇ ਆ 35 ਕਿਲੋ 42 ਕਿਲੋ ਹੈਗੀ ਜਿਹਦੇ ਜਿਹਦੇ ਛੋਟੇ ਬੱਚਿਆਂ ਦਾ ਦੇ ਮੈਚ ਵੀ ਹੋਣੇ ਚਾਹੀਦੇ ਆ ਹਾਂ ਭਾਜੀ ਮੈਂ ਆਪਣੀ ਤੋਂ 30 ਕਿਲੋ ਤੋਂ ਖੇਡਣਾ ਸ਼ੁਰੂ ਕੀਤੀ ਤੇ ਜਦੋਂ ਹੁਣ ਛੋੜੇ ਬੀੜ ਦੀ ਖੇਡਦੇ ਰਿਹਾ ਤੇ ਥੋੜਾ ਖੇਡਣ ਦੇ ਵੱਡੇ ਬੰਦੇ ਨੂੰ ਈਜ਼ੀ ਹੋ ਜਾਂਦਾ ਤੇ ਗਾਂ ਨਿਆਣੇ ਖੇਡਣਗੇ ਤਾਂ ਫੇਰ ਭਾਜੀ ਟੀਮ ਵਧੀਆ ਹੋਊਗੀ ਤਾਂ ਕਰਕੇ ਫੇਰ ਪਹਿਲੇ ਦੋ ਦਿਨ ਨਿਆਣਿਆਂ ਦੇ ਮੈਚ ਹੋਣਗੇ ਬਹੁਤ ਬਹੁਤ ਵਧੀਆ ਸੋਚ ਹੈ ਤੁਹਾਡੀ ਹਨਾ ਭਾਜੀ ਤੇ ਮੈਂ ਭਾਜੀ ਉਹ ਦੇਖਣਾ ਚਾਹੂੰਗਾ ਡਾਇਰੈਕਟਰ ਤੁਸੀਂ ਮੈਨੂੰ ਦਿਖਾ ਦੋਗੇ ਇੱਕ ਵਾਰੀ ਵੀ ਜਿਹੜੇ ਉਹ ਬੈਸਟ ਰੀਡਰ ਤੇ ਜਾਫੀ ਵਾਸਤੇ ਹੋਣਗੇ ਇਹਦੇ ਤੇ ਪਹਿਲਾਂ ਹੀ ਡਿਸਾਈਡ ਕਰਤਾ ਭਾਜੀ ਵੀ ਆ ਆ ਬੈ ਪਪੂ ਪਾਂਸੀ ਉਹਦਾ ਧੰਵਾਦ ਕਰਦੇ ਆਂ ਦੋਵੇਂ ਟਰੈਕਟਰ ਉਹਨੇ ਆਪਣੇ ਵੱਲੋਂ ਦੇਨੇ ਆ ਤੇ ਨਾਲ ਇੱਥੇ ਸਿੰਗਰ ਆ ਰਿਹਾ ਬਾਵਾ ਆ ਰਿਹਾ ਜੀ ਰਣਜੀਤ ਬਾਵਾ ਜੀ ਆਰੇ ਸਿੰਗਰ ਇਹ ਵੀ ਉਹਦੀ ਸਾਰੀ ਦੇਣ ਆ ਤੇ ਬਾਕੀ ਫਰਸਟ ਪ੍ਰਾਈਜ਼ ਆ ਹਰ ਸਾਲ ਮੈਂ ਕਿਹਾ ਜਿੰਨਾ ਚਿਰ ਮੈਂ ਜੀਣਾ ਮਿੰਦਰਪ ਸਿੰਘ ਮੌਰ ਨੂੰ ਇਹ ਸਰਮਸਤ ਹੋਊਗੇ ਟੂਰਨਾਮੈਂਟ ਹਰ ਸਾਲ ਫਰਸਟ ਪ੍ਰਾਈਜ਼ ਮੇਰੇ ਨੂੰ ਇਥੇ ਕਾਲੇ ਸੇ ਹੋਊਗਾ ਜੇ ਡਿਸਾਈਡਡ ਨਹੀਂ ਹੈ ਡਿਸਾਈਡਡ ਕੀ ਦੇਣਾ ਉਹ ਸਰਪ੍ਰਾਈਜ਼ ਹੋ ਪਲੇਰਾਂ ਦੇ ਅੱਛਾ ਜੀ ਤੇ ਹੋਰ ਚ ਤਿੰਨ ਪਾਸੇ ਜੀਤੇ ਮੌਰ ਦਾ ਸਾਰਿਆਂ ਦਾ ਸਹਿਯੋਗ ਆ ਉਹਦੇ ਵਿੱਚ ਤੇ ਸਾਰਿਆਂ ਨੇ ਪਹਿਨੀ ਪਹਿਨੀ ਦਾ ਜੋ ਵੀ ਹੋਊ ਅਸੀਂ ਡਿਸਾਈਡ ਕਰਾਂਗੇ ਬੈਕ ਕਮੇਟੀ ਜੀਤੇ ਹਣੀ ਜੋ ਵੀ ਕਰ ਲੈਣ ਪਾਂਚੀਆਂ ਨਹੀਂ ਕਰ ਲੈਣ ਬਲਕਾਰ ਹੋਣੀ ਬਹਾਦਰ ਹੋਣੀ ਤੇ ਕੀ ਕਰਨ ਜੋ ਡਿਸਾਈਡ ਕਰ ਲੈਣਾ ਆਪਾਂ ਇਹਨਾਂ ਦੇ ਨਾਲਾ ਮੋੜੇ ਨਾ ਮੋੜਾ ਲਾ ਕੇ ਖੜੇ ਆ ਕੀ ਬਾਤ ਕੀ ਬਾਤ ਚਲੋ ਭਾਜੀ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਤੇ ਇਹ ਟਰੈਕਟਰ ਆਪਾਂ ਦਿਖਾ ਦਈਏ ਦੋਸਤੋ ਆ ਇਹ ਉਹ ਫੋਰ ਟਰੈਕਟਰ ਨੇ ਮੇਰੇ ਖਿਆਲ ਚ ਫੋਰ 3600 ਵਜਦਾ ਜਿਹਨੂੰ ਜਿਹਨੂੰ ਪੰਜਾਬ ਦੇ ਵਿੱਚ ਬੜੇ ਹੀ ਜਿਹੜੇ ਖਿਡਾਰੀ ਕਹਿ ਲਿਏ ਜਾਂ ਪੰਜਾਬ ਦੇ ਵਿੱਚ ਇਹ ਇੱਕ ਪਸੰਦ ਹੈ ਦੀ ਆਵਾਜ਼ ਇੱਕ ਪਸੰਦ ਹੈ ਸੋ ਹੁਣ ਗੱਲ ਇਹ ਹੈ ਕਿ ਆਪਾਂ ਦੇਖਾਂਗੇ ਕਿ ਕਾਲੇ ਸੰਗਿਆ ਦੇ ਇਸ ਟੂਰਨਾਮੈਂਟ ਦੇ ਵਿੱਚ ਇਹ ਉਹ ਟਰੈਕਟਰ ਹੈ ਜਿਹੜੇ ਕਿਹੜੇ-ਕਿਹੜੇ ਉਹ ਖਿਡਾਰੀ ਹੋਣਗੇ ਜਿਹੜੇ ਇਹਨਾਂ ਨੂੰ ਜਿੱਤਣਗੇ ਇਹਨਾਂ ਨੂੰ ਜਿੱਤਣ ਵਾਸਤੇ ਉਹ ਜਦੋਂ ਜੈਦ ਕਰਨਗੇ ਇਨਾਮ ਵੀ ਵੱਖਰਾ ਹੋ ਜਿਵੇਂ ਦੱਸਿਆ ਗਿਆ ਕਿ ਛੋਟੀ ਪਨੀਰੀ ਤੋਂ ਲੈ ਕੇ ਵੱਡੇ ਤੱਕ ਦੇ ਮੈਚ 3 ਦਿਨ ਇਸੇ ਕਰਕੇ ਰੱਖੇ ਗਏ ਨੇ ਕਿ ਉਹਨਾਂ ਨੂੰ ਵੀ ਖੜਾਇਆ ਜਾ ਸਕੇ ਫਿਰ ਉਹ ਅੱਗੇ ਵਧੀਆ ਖਿਡਾਰੀ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਆਉਣ ਦੇ ਜਿਵੇਂ ਆਪਾਂ ਨੂੰ ਤਾਜ ਨੇ ਦੱਸਿਆ ਕਿ ਉਹ ਵੀ ਸ਼ੁਰੂ ਤੋਂ ਜਿਹੜਾ ਉਹ ਵਜਨੀ ਕਬੱਡੀ ਤੋਂ ਨੇ ਸ਼ੁਰੂ ਕੀਤਾ ਸੀ ਸੋ ਦੇਖਾਂਗੇ ਇਸ ਟੂਰਨਾਮੈਂਟ ਨੂੰ ਤੁਸੀਂ ਆਪਣੀ ਤਿਆਰੀ ਰੱਖਣੀ ਹੈ ਆਸ-ਪਾਸੇ ਦੇ ਜਿੰਨੇ ਵੀ ਪਿੰਡ ਵਾਲੇ ਹੈਗੇ ਆ ਜਾਂ ਕਹਿ ਲਓ ਜਿਹੜੇ ਦਰਸ਼ਕ ਹੈਗੇ ਆ ਉਹ ਇਸ ਟੂਰਨਾਮੈਂਟ ਦੇ ਉੱਤੇ ਜ਼ਰੂਰ ਪਹੁੰਚਣ ਹਾਂ ਨਾ ਪਹੁੰਚੇ ਜਾਣ ਦੀ ਹਾਲਤ ਦੇ ਵਿੱਚ ਤੁਸੀਂ ਕਬੱਡੀ 365 ਤੇ ਇਸ ਟੂਰਨਾਮੈਂਟ ਨੂੰ ਲਾਈਵ ਦੇਖ ਸਕਦੇ ਹੋ ਸਾਡੇ ਨਾਲ ਜੁੜਦੇ ਰਹੋ ਕਬੱਡੀ ਨਾਲ ਜੁੜੀਆਂ ਹੋਈਆਂ ਇਸ ਤਰ੍ਹਾਂ ਦੀਆਂ ਇਧਰ ਲਈ ਉਧਰ ਲਈਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਬਹੁਤ ਬਹੁਤ ਸ਼ੁਕਰੀਆ